ਹਾਂਜੀ ਖਾਲਸਾ ਜੀ, ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੱਲ੍ਹ ਭੁਲੱਥਾਂ ਦੇ ਵਿੱਚ ਮੀਟਿੰਗ ਕੀਤੀ ਗਈ, ਇੱਕ ਇਕੱਠ ਕੀਤਾ ਗਿਆ ਸੀ ਤੁਹਾਡੇ ਵੱਲੋਂ, ਇਹ ਇਕੱਠ ਕਿਸ ਵਾਸਤੇ ਕੀਤਾ ਗਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਆਪ ਨੂੰ, ਆਪ ਦਾ ਅਤੇ ਆਪ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਮੌਕਾ ਦਿੱਤਾ ਦਸਰੇ ਨੂੰ, ਅਤੇ ਆਪ ਨੂੰ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਜਿਹੜਾ ਪਰਸੋਂ ਕੀਤਾ ਸੀ ਅਸੀਂ ਇਕੱਠ, ਇਹ ਸਾਰੇ ਪੰਜਾਬ ਦੇ ਵਿੱਚੋਂ ਇਕੱਠ ਮੀਟਿੰਗਾਂ ਚੱਲਦੀਆਂ, ਅਤੇ ਦਸ ਭਲੱਥ ਹਲਕੇ ਦਾ ਇੰਚਾਰਜ ਆ, ਇਸ ਕਰਕੇ ਭਲੱਥ ਵਿੱਚ ਟਿਲਵਾਂ ਅਤੇ ਬ੍ਰਹਮਵਾਲ ਵਿੱਚ ਮੀਟਿੰਗਾਂ ਕਰਕੇ ਆਇਆ ਸੀ। ਅਤੇ ਉਹਨਾਂ ਮੀਟਿੰਗਾਂ ਦਾ ਮਕਸਦ ਹੈ ਕੱਲ੍ਹ 15 ਤਰੀਕ ਨੂੰ 15 ਸਤੰਬਰ ਵਰਲਡ ਜਮਹੂਰੀਆ ਡੇ ਹੈ, ਸਾਰੀ ਦੁਨੀਆ ਮਨਾਉਗੀ ਜਮਹੂਰੀਅਤ ਦਿਹਾੜਾ, ਅਤੇ ਉਹ ਜਿਹੜਾ ਸਿੱਖਾਂ ਦਾ ਜਮਹੂਰੀਅਤ ਆ ਉਹਦੇ 'ਤੇ ਕਬਜ਼ਾ ਕਰੀ ਬੈਠੀ ਹੈ ਸੈਂਟਰ ਸਰਕਾਰ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਜਿਹੜੀ ਮਸੰਦ ਪਰ ਬੈਠੇ ਆ ਉਹ ਕਬਜ਼ਾ ਕਰਕੇ ਬੈਠੇ ਆ। 13 ਸਾਲ ਹੋ ਗਏ ਆ, ਜਦਕਿ ਬਾਕੀ ਸਾਰੀਆਂ ਇਲੈਕਸ਼ਨਾਂ 5 ਸਾਲ ਬਾਅਦ ਹੁੰਦੀਆਂ, ਪਰ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ 11 ਸਤੰਬਰ 2011 ਵਿੱਚ 2011 ਵਿੱਚ ਹੋਈਆਂ ਸੀ, ਉਸ ਤੋਂ ਬਾਅਦ ਅੱਜ ਤੱਕ ਕੋਈ ਇਲੈਕਸ਼ਨ ਨਹੀਂ ਹੋਈ। ਇਹ ਜਿਹੜਾ ਹੈਗਾ ਇਹ ਜਮਹੂਰੀਅਤ 'ਤੇ ਡੱਕ ਆਇਆ, ਜਮਹੂਰੀ 'ਤੇ ਕਬਜ਼ਾ ਆਇਆ, ਇਹ ਬਿਲਕੁਲ ਨਿਸ਼ਾਨ ਨਹੀਂ ਹੋਊਗਾ। ਇਸ ਸੰਬੰਧ ਵਿੱਚ ਕੱਲ੍ਹ ਹਰ ਸਾਲ ਦੀ ਤਰ੍ਹਾਂ, ਪਿਛਲੇ ਸਾਲਾਂ ਦੀ ਤਰ੍ਹਾਂ ਕੱਲ੍ਹ ਫਿਰ ਦੁਬਾਰਾ ਵੱਡਾ ਇਕੱਠ ਜਿਹੜਾ ਆ ਸਾਰਾ ਘੜੀ ਅੰਮ੍ਰਿਤਸਰ ਵਿੱਚ ਕੀਤਾ ਜਾਊਗਾ। ਉਹਦੇ ਵਿੱਚ ਸਾਰੇ ਸਰਦਾਰ ਸਿਮਰਜੀਤ ਮਾਨ ਸਾਹਿਬ ਵੀ ਆਉਣਗੇ, ਅਤੇ ਪੰਜਾਬ ਦੇ ਵਿੱਚ ਵੱਖ ਵੱਖ ਹਲਕਿਆਂ ਤੋਂ ਪੱਤ ਚੜ ਕੇ ਸੰਗਤ ਆਊਗੀ। ਮੈਂ ਅਪੀਲ ਕਰਦਾ ਵੀ ਜਿੰਨੇ ਵੀ ਲੋਕ ਇਨਸਾਫ ਪਸੰਦ ਆ ਉਹਨਾਂ ਸਾਰਿਆਂ ਨੂੰ ਕੱਲ੍ਹ ਉੱਥੇ ਹਾਜ਼ਰੀ ਲਾਉਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।